ਸਾਧ ਸੰਗਤ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਇਹ ਅਸਥਾਨ ਬਾਬਾ ਸ਼੍ਰੀ ਚੰਦ ਜੀ ਦਾ ਕੀਰਤਪੁਰ ਸਾਹਿਬ ਦਾ ਬਹੁਤ ਹੀ ਇਕੱਲੇ ਕੀਰਤਪੁਰ ਸਾਹਿਬ ਸਾਡੇ ਇਲਾਕੇ ਤੋਂ ਨਹੀਂ ਪੂਰੇ ਪੰਜਾਬ ਤੋਂ ਦੇਸ਼ 'ਚ ਸੰਗਤਾਂ ਆਉਂਦੀਆਂ। ਅਤੇ ਅੱਜ ਸਾਡੇ ਇਲਾਕੇ ਦੇ ਵਿੱਚ ਵੱਖ ਵੱਖ ਪਿੰਡਾਂ ਦੇ ਵਿੱਚ ਵੀ ਜਿਹੜੇ ਆ ਭੰਡਾਰੇ ਲੱਗੇ ਆ ਅਤੇ ਪੂਰੀ ਸਾਧ ਸੰਗਤ ਬਹੁਤ ਖੁਸ਼ੀਆਂ ਨਾਲ ਜਿਹੜਾ ਤਿਉਹਾਰ ਮਨਾ ਰਹੀ। ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀ ਜੋ 450 ਸਾਲਾਂ ਪੁਰਬ ਜੋਤੀ ਜੋਤ ਦਿਵਸ ਆ ਰਿਹਾ ਅਤੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ 450 ਸਾਲਾਂ ਗੁਰਤਾ ਗੱਦੀ ਪੁਰਬ ਆ ਰਿਹਾ, ਉਸ ਸੰਬੰਧ ਵਿੱਚ ਅਨੰਦਪੁਰ ਸਾਹਿਬ ਦੇ ਸਕੂਲਾਂ ਦਾ ਅਤੇ ਕਾਲਜ ਦਾ ਇੱਕ ਮਾਰਚ ਪਾਸਟ ਅਨੰਦਪੁਰ ਸਾਹਿਬ ਦੇ ਸ਼ਹਿਰ ਵਿੱਚ ਬੱਚਿਆਂ ਨੇ ਕੱਢਿਆ। ਬਹੁਤ ਵੱਡੀ ਗਿਣਤੀ ਵਿੱਚ ਸਕੂਲ ਦੇ ਅਤੇ ਕਾਲਜ ਦੇ ਬੱਚੇ ਜਿਹੜੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਜੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਵਾਰਾਂ ਵਾਰ ਜਿਹੜੇ ਇਤਿਹਾਸ ਵਿੱਚ ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਨਿਤਾਣਿਆਂ ਦੇ ਤਾਂ, ਨਿਮਾਣਿਆਂ ਦੇ ਮਾਂ, ਨਤੀਜਿਆਂ ਦੇ ਨਤੀਜ, ਨੋਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਇਸ ਤਰ੍ਹਾਂ 12 ਬਖਸ਼ਾਂ ਮਹਾਰਾਜ ਨੇ ਕੀਤੀਆਂ। ਉਹ ਅੱਜ ਬੱਚੇ ਸਾਰੇ ਸ਼ਹਿਰ ਵਿੱਚ ਬੋਲ ਕੇ ਉੱਚੀ ਉੱਚੀ ਜੋ ਇਸ ਗੱਲ ਦਾ ਸਤਿਗੁਰੂ ਜੀ ਦਾ ਗੁਣਗਾਨ ਕਰ ਰਹੇ ਸਨ। ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਬਾਰੇ, ਜਿਨ੍ਹਾਂ ਬਾਰੇ ਗੁਰਬਾਣੀ ਵਿੱਚ ਵੀ ਦਰਜ ਹੈ ਕਿ ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਨੇ ਸਵਾਰਿਆ। ਅੱਜ ਸਤਿਗੁਰਾਂ ਦੀ ਵਡਿਆਈ ਕਰਦੇ ਹੋਏ ਸ਼ਹਿਰ ਦੀਆਂ ਗਲੀਆਂ ਵਿੱਚੋਂ, ਬਾਜ਼ਾਰਾਂ ਵਿੱਚੋਂ ਹੋ ਕੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ, ਜਿੱਥੇ ਜਾ ਕੇ ਸਮਾਪਤੀ ਦੀ ਅਰਦਾਸ ਕੀਤੀ। ਇਸ ਮਾਰਚ ਪਾਸਟ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਡਾਇਰੈਕਟੋਰੇਟ ਆਫ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਨੇ ਇਹ ਪ੍ਰੋਗਰਾਮ ਲਿਖਿਆ ਸੀ ਤਾਂ ਜੋ ਹਰ ਵਿਅਕਤੀ ਦੀ, ਹਰ ਬੱਚੇ ਦੀ ਇਸ ਸ਼ਤਾਬਦੀ ਦੇ ਮੌਕੇ 'ਤੇ ਜਿਹੜੀ ਸਾਡੇ ਉੱਥੇ ਹਾਜ਼ਰੀ ਜਿਹੜੀ ਆ ਉਹ ਲੱਗ ਜਾਵੇ। ਸੋ ਮੈਂ ਸਮਝਦਾ ਕਿ ਸਾਨੂੰ ਆਪਣੇ ਸਤਿਗੁਰਾਂ ਦੇ ਇਹਨਾਂ ਦਿਹਾੜਿਆਂ ਦੇ ਮੌਕੇ 'ਤੇ ਜ਼ਰੂਰ ਸੁਚੇਤ ਹੋਣ ਦੀ ਲੋੜ ਹੈ ਅਤੇ ਅਸੀਂ ਇਹਨਾਂ ਦਿਹਾੜਿਆਂ ਦੇ ਰਾਹੀਂ ਸਾਨੂੰ ਉਹਨਾਂ ਦੇ ਜੀਵਨ ਤੋਂ, ਉਹਨਾਂ ਨੇ ਜੋ ਵੀ ਆਪਣੇ ਜੀਵਨ 'ਚ ਘਟਨਾਵਾਂ ਘਟੀਆਂ, ਜੋ ਵੀ ਸਾਨੂੰ ਸੰਦੇਸ਼ ਉਪਦੇਸ਼ ਦਿੱਤਾ, ਉਹ ਸਾਨੂੰ ਪ੍ਰਾਪਤ ਹੋ ਸਕਦਾ। ਸੋ ਅੱਜ ਇਹਨਾਂ ਬੱਚਿਆਂ ਨੇ ਬਹੁਤ ਵੱਡੀ ਇੱਕ ਢੰਗ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਜਿਹੜੀ ਕੀਤੀ ਹੈ। ਸੋ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਦਾ ਯਤਨ ਕਰੀਏ, ਉਹਨਾਂ ਨੂੰ ਆਪਣੇ ਇਤਿਹਾਸ ਨਾਲ, ਗੁਰਬਾਣੀ ਨਾਲ ਜੋੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਕੀਰਤਪੁਰ ਸਾਹਿਬ ਬਾਬੇ ਸ਼੍ਰੀ ਚੰਦ ਦਾ, ਬਾਬੇ ਸ਼੍ਰੀ ਚੰਦ ਜੀ ਦਾ ਆਪਣਾ ਜਨਮ ਦਿਹਾੜਾ ਮਨਾਇਆ ਗਿਆ ਜੀ। ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ, ਸੰਤ ਬਾਬਾ ਸੇਵਾ ਸਿੰਘ ਜੀ, ਸੰਤ ਬਾਬਾ ਭਾਗ ਸਿੰਘ ਜੀ, ਸੰਤ ਬਾਬਾ ਲਾਭ ਸਿੰਘ ਜੀ, ਸੰਤ ਬਾਬਾ ਹਰਭਜਨ ਸਿੰਘ ਪਹਿਲਵਾਨ, ਮੁੱਖ ਪ੍ਰਬੰਧਕ ਸੰਤ ਬਾਬਾ ਸੁੱਚਾ ਸਿੰਘ ਅਤੇ ਬਾਬਾ ਜਥੇਦਾਰ ਬਾਬਾ ਸਤਨਾਮ ਸਿੰਘ ਜੀ, ਜੋ ਕਿ ਬੜੇ ਲੰਮੇ ਸਮੇਂ ਤੋਂ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਸਾਰੇ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਇਹ ਬਾਬੇ ਸ਼੍ਰੀ ਚੰਦ ਜੀ ਦਾ ਜੋ ਕਿ ਅੱਜ ਜਨਮ ਦਿਹਾੜਾ ਜਿਹੜਾ ਮਨਾਇਆ ਗਿਆ ਜੀ। ਅਤੇ ਆਈਆਂ ਸੰਗਤਾਂ ਨੂੰ ਬਹੁਤ ਵੱਡੇ ਪੱਧਰ ਉੱਤੇ ਹਰ ਇੱਕ ਚੀਜ਼ ਦੀ ਸਹੂਲਤ ਦਿੱਤੀ ਗਈ ਹੈ ਜੀ। ਪ੍ਰਸ਼ਾਦਾ ਪਾਣੀ, ਰਹਿਣ ਦੀ, ਬਹਿਣ ਦੀ, ਹਰ ਇੱਕ ਚੀਜ਼ ਦੀ ਵਧੀਆ ਢੰਗ ਨਾਲ ਇੱਥੇ ਆਪਾਂ ਦੇਖ ਰੇਖ ਕੀਤੀ ਹੈ। ਬਾਕੀ ਸਭ ਸੰਗਤ ਦੇ ਸਹਿਯੋਗ ਨਾਲ ਹੋਰ ਵੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਦੀ ਮਾਇਆ ਦੇ ਨਾਲ ਜਿੱਦਾਂ ਜਿੱਦਾਂ ਸ਼ਿਰਕ ਦਾ ਸਾਡਾ ਕੰਮ ਚੱਲ ਰਿਹਾ ਜੀ, ਹੋਰ ਵੀ ਸਾਡੀਆਂ ਸੇਵਾ ਜਿਹੜੀਆਂ ਜਿੱਦਾਂ ਸਰਾਵਾਂ ਦਾ ਹੋ ਗਿਆ, ਪੁਲਾਂ ਦਾ ਕੰਮ ਹੋ ਗਿਆ, ਵੱਡੇ ਪੱਧਰ 'ਤੇ ਚੱਲਦਾ। ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਜੋ ਕਿ ਬਹੁਤ ਵਧੀਆ ਢੰਗ ਨਾਲ ਜਿੱਥੇ ਵੀ ਲੋੜ ਪੈਂਦੀ ਆ, ਮੰਨ ਲਓ ਹੜ੍ਹਾਂ ਦੀ ਜਾਂ ਕਿੱਦਾਂ ਵੀ ਆ ਜੀ,
ਉਹਨਾਂ ਚੀਜ਼ਾਂ ਦੇ ਉੱਤੇ ਵੀ ਪੂਰਾ ਸਹਿਯੋਗ ਕਰਦੀ ਹੈ। ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਜੋ ਮੁੱਖ ਪ੍ਰਬੰਧਕ ਆ ਬਾਬਾ ਸੁੱਚਾ ਸਿੰਘ ਜੀ, ਉਹਨਾਂ ਇਸ ਟਾਈਮ ਇਹਨੂੰ ਚਲਾ ਰਿਹਾ। ਹਾਂਜੀ।